The next topic is the design and implementation of digital networks. तो असी जिहड़ी बुलियन एक्सप्रेशंस हैं उन्हां नूं असी गेट डायग्राम्स नाल रिप्रेजेंट करांगे. देन OR गेट इज अ सर्किट दैट हैज टू इनपुट्स एंड वन आउटपुट एज देयर डिसजंक्शन. डिसजंक्शन मीन्स x प्लस y. तो ए इज द रिप्रेजेंटेशन हैगी है OR गेट दी. ए फिगर हैगी है, यू हैव टू रिमेंबर इट, जो इस दी शेप हैगी है. तो जिथे अपने को बुलियन एक्सप्रेशन दे विच प्लस होएगा उत्थे असी OR गेट नाल उन्हूं रिप्रेजेंट करांगे. हुण डायग्रामेटिकली रिप्रेजेंटेशन है या इसनूं कहिंदे डिजिटल नैटवर्क्स दी फॉर्म दे विच रिप्रेजेंटेशन है बुलियन एक्सप्रेशन. इसे तरह अपने को OR गेट तो बाद आंदा हैगा, सॉरी उरे आएगा एंड गेट. तो एंड गेट की है, एंड एंड गेट इज अ सर्किट दैट हैज टू इनपुट्स एंड वन आउटपुट एज देयर कंजंक्शन. तो उरे आएगा x इनटू y. तो इस दी जड़ी डायग्राम हैगी है, सॉरी इस दी जड़ी डायग्राम है ए फिगर हैगी है, ए याद रखनी. दिस इज द डायग्राम ऑफ द एंड गेट. And this is the NOT gate. NOT gate represents for complement. It has only one input and one output as its complement. So x input hoya, the output aa gaya x bar. Now construct the circuit that produce following outputs. Ta hun is expression nu assi circuit form de vich likhna hai ga. So tin variables hai x y z. Ta tinna da signal tusi generate kar lena hai ga. First step, theek hai. A part de layi pehla discuss kar rahe hain. ਹੁਣ ਇਹ ਤਿੰਨੋਂ ਜਿਹੜੇ ਹੈਗੇ ਨੇ ਐਕਸ ਤੇ ਵਾਈ ਤਾਂ ਐਜ਼ ਇਟ ਇਜ਼ ਹੈ ਜ਼ੈਡ ਕੰਪਲੀਮੈਂਟਿਡ ਹੈ. ਸੋ ਜੇ ਜ਼ੈਡ ਕੰਪਲੀਮੈਂਟਿਡ ਹੈ ਤਾਂ ਜ਼ੈਡ ਦੇ ਉੱਪਰ ਲਗਾਵਾਂਗੇ ਨੋਟ ਗੇਟ, ਤਾਂ ਕਿ ਹੁਣ ਇਸ ਤੋਂ ਬਾਅਦ ਜਿਹੜਾ ਸਿਗਨਲ ਨਿਕਲੇਗਾ ਉਹ ਆਪਣੇ ਕੋਲ ਜ਼ੈਡ ਬਾਰ ਹੋ ਕੇ ਨਿਕਲੇਗਾ, ਕਿਉਂਕਿ ਜ਼ੈਡ ਦਾ ਕੰਪਲੀਮੈਂਟ ਸੀਗਾ. ਔਰ ਤਿੰਨਾਂ ਨੂੰ ਕਿਉਂਕਿ ਮੀਟ ਕਰਵਾਇਆ ਹੋਇਆ, ਇਹਦਾ ਮਤਲਬ ਤਿੰਨਾਂ ਦੀ ਆਪਾਂ ਨੇ ਡਿਸਜੰਕਸ਼ਨ ਕਰਾਈ ਹੋਈ ਹੈ, ਤਾਂ ਡਿਸਜੰਕਸ਼ਨ ਮਤਲਬ ਕੰਜੰਕਸ਼ਨ ਕਰਾਈ ਹੋਈ ਹੈ, ਸੋਰੀ. ਤਾਂ ਇਹ ਆਪਣੇ ਕੋਲ ਕਿਸ ਦੇ ਵਿੱਚ ਜਾ ਕੇ ਇਨਪੁਟ ਹੋ ਜਾਣਗੇ ਸਾਰੇ ਇਸ ਐਂਡ ਗੇਟ ਦੇ ਵਿੱਚ. ਇੱਥੋਂ ਜਿਹੜਾ ਆਉਟਪੁੱਟ ਨਿਕਲੇਗਾ ਦੈਟ ਵਿਲ ਬੀ x ਮੀਟ y ਮੀਟ z ਬਾਰ. ਤਾਂ ਇਹ ਇਸ ਦੀ ਗੇਟ ਡਾਇਗ੍ਰਾਮ ਬਣ ਗਈ. ਸੋ ਨਾਓ ਦਾ ਸੈਕੰਡ ਪਾਰਟ, ਇਹ ਵਾਲਾ ਜਿਹੜਾ ਹੈ, ਤਿੰਨ ਵੇਰੀਏਬਲਸ ਆ ਗੇਮ, ਤਾਂ ਤਿੰਨ ਸਿਗਨਲ ਜਨਰੇਟ ਕਰਵਾ ਲਏ ਥੋੜੇ ਡਿਫਰੈਂਸ ਨਾਲ, ਕਿਉਂਕਿ ਤਿੰਨ ਟਰਮਸ ਨੂੰ ਕੰਬਾਈਨ ਕਰਾਉਣਾ ਸੀ. ਤਾਂ x ਪਹਿਲੀ ਟਰਮ ਦੇ ਵਿੱਚ x ਦਾ ਬਾਰ ਹੈ, y ਦਾ ਬਾਰ ਹੈ, z ਦਾ ਬਾਰ ਹੈ. x ਦਾ ਬਾਰ ਸੀ ਤਾਂ x ਬਾਰ ਦਾ ਸਿਗਨਲ ਜਨਰੇਟ ਕਰਵਾ ਲਿਆ, y ਦਾ ਬਾਰ ਸੀ y ਬਾਰ ਦਾ ਸਿਗਨਲ ਜਨਰੇਟ ਕਰਵਾ ਲਿਆ, ਠੀਕ ਹੈ. ਔਰ ਇਹ ਤਿੰਨੋਂ ਹੁਣ ਮੀਟ ਹੈਗਾ ਇਹਨਾਂ ਤਿੰਨਾਂ ਦੇ ਵਿੱਚ, ਤਾਂ ਇਹਨਾਂ ਤਿੰਨਾਂ ਨੂੰ ਅਸੀਂ ਇੱਕ ਐਂਡ ਗੇਟ ਦੇ ਵਿੱਚ ਇਨਪੁਟ ਕਰਾਂਗੇ. ਤਾਂ ਆਹ ਐਂਡ ਗੇਟ ਹੈ, ਇਹਦੇ ਵਿੱਚ x ਬਾਰ ਹੈ ਇਹ ਸਿਗਨਲ, ਔਰ ਇਹ ਸਿਗਨਲ ਹੈਗਾ ਆਪਣਾ y ਬਾਰ, ਠੀਕ ਹੈ. ਇਹ ਦੋਵੇਂ ਚਲੇ ਗਏ ਔਰ ਇਹ z ਚਲਾ ਗਿਆ. ਤਾਂ ਇਸ ਜਿਹੜਾ ਹੈਗਾ ਇਸ ਦਾ ਆਊਟਪੁੱਟ ਤੁਹਾਡੇ ਕੋਲ ਆ ਫਸਟ ਬ੍ਰੈਕਟ ਜਿਹੜੀ ਹੈਗੀ ਉਹ ਨਿਕਲ ਕੇ ਆਏਗਾ. ਸੋ ਨਾਓ ਸੈਕਿੰਡ ਟਰਮ ਦੇ ਲਈ x ਬਾਰ ਆਲਰੇਡੀ ਆਪਾਂ ਆ ਸਿਗਨਲ ਕੰਸਟਰਕਟ ਕਰ ਚੁੱਕੇ ਹਾਂ, ਤੇ y ਆਪਣੇ ਕੋਲ ਇਹ ਹੈਗਾ ਪੂਰੇ ਦੀ, ਕਿਉਂਕਿ ਇਸ ਤੋਂ ਬਾਅਦ ਨੋਟ ਗੇਟ ਲੱਗ ਗਿਆ, ਤਾਂ ਹੀ ਕਰਕੇ y ਦੇ ਲਈ ਇੱਥੋਂ ਸਿਗਨਲ ਲਿੱਤਾ ਹੈਗਾ. ਤੇ x ਬਾਰ ਦਾ ਜਿਹੜਾ ਸਿਗਨਲ ਹੈਗਾ ਉਹ ਇਹ ਆ ਗਿਆ. ਔਰ ਫਿਰ ਹੋਰ ਕੀ ਸੀਗਾ ਨਾਲ, z ਸੀਗਾ, z ਦਾ ਆ ਸਿਗਨਲ ਜਾ ਹੀ ਰਿਹਾ ਸੀਗਾ. ਯੂ ਕੈਨ ਸੀ ਇਹ x ਬਾਰ ਦਾ ਸਿਗਨਲ ਆਇਆ, ਠੀਕ ਹੈ. ਔਰ ਇਹ ਸਿਗਨਲ ਆਇਆ ਆਪਣੇ ਕੋਲ z ਦਾ, ਇਹ ਜਾ ਰਿਹਾ ਸੀਗਾ ਉਰੋਂ ਦੀ z ਦਾ ਸਿਗਨਲ, ਤਾਂ ਇਹਦੇ ਵਿੱਚੋਂ ਹੀ ਅਸੀਂ ਆਹ ਜਿਹੜਾ ਹੈਗਾ ਸਰਕਟ ਇਹਦੇ ਵਿੱਚੋਂ ਲੈ ਲਿਆ, ਤਾਂ ਇਹ ਸੈਕਿੰਡ ਬ੍ਰੈਕਟ ਆਪਣੀ ਕੰਸਟਰਕਟ ਹੋ ਗਈ. ਹੁਣ ਥਰਡ ਬ੍ਰੈਕਟ ਹੈਗੀ ਹੈ y ਬਾਰ ਮੀਟ x. ਸੋ y ਬਾਰ ਦਾ ਵੀ ਸਿਗਨਲ ਆਲਰੇਡੀ ਜਨਰੇਟਿਡ ਹੈਗਾ, ਉਹਦੇ ਵਿੱਚੋਂ ਅਸੀਂ ਸਿਗਨਲ ਲੈ ਲਵਾਂਗੇ, ਤੇ x ਦਾ ਵੀ ਆਲਰੇਡੀ ਕ੍ਰੀਏਟਿਡ ਹੈਗਾ, ਇਹਦੇ ਵਿੱਚੋਂ ਸਿਗਨਲ ਲੈ ਲਾ. ਆ x ਦਾ ਆ ਗਿਆ ਸਿਗਨਲ, ਠੀਕ ਹੈ. ਹੁਣ y ਬਾਰ ਇੱਥੋਂ ਦੀ ਸੀਗਾ, ਆ ਇੱਥੋਂ y ਬਾਰ ਦਾ ਸਿਗਨਲ ਲੈ ਲਿਆ. ਹੁਣ ਇਹ ਤਿੰਨੋਂ ਜਿਹੜੇ ਹੈਗੇ ਨੇ ਐਂਡ ਗੇਟਸ ਦੇ ਵਿੱਚ ਚਲੇ ਗਏ, ਤਾਂ ਤਿੰਨੇ ਅਲੱਗ-ਅਲੱਗ ਬ੍ਰੈਕਟਸ ਦੇ ਆਪਣੇ ਕੋਲ ਇਹ ਪੂਰੇ ਤੱਕ ਇਹ ਸਿਗਨਲਸ ਜਿਹੜੇ ਹੈਗੇ ਨੇ ਕ੍ਰੀਏਟ ਹੋ ਗਏ. ਹੁਣ ਇਹਨਾਂ ਤਿੰਨਾਂ ਬ੍ਰੈਕਟਸ ਦੇ ਵਿੱਚ ਕਿਉਂਕਿ ਜੁਆਇਨ ਹੈ, ਇਹਦਾ ਮਤਲਬ ਇਹ ਤਿੰਨਾਂ ਨੂੰ OR ਗੇਟ ਦੇ ਵਿੱਚ ਜਾ ਕੇ ਇਨਪੁਟ ਕਰਾਉਣਾ ਪਏਗਾ. ਆ ਤਿੰਨੋਂ ਸਿਗਨਲਸ ਅਸੀਂ OR ਗੇਟ ਦੇ ਵਿੱਚ ਇਨਪੁਟ ਕਰਤੇ, ਤਾਂ ਫਾਈਨਲੀ ਆਪਣੇ ਕੋਲ ਇਹ ਜਿਹੜਾ ਹੈ, ਆ ਤੁਸੀਂ ਦੇਖ ਸਕਦੇ ਹੋ, ਆ ਤਿੰਨੇ ਬ੍ਰੈਕਟਸ ਦੇ ਹੋ ਗਏ ਸਿਗਨਲਸ. ਤੇ ਫਾਈਨਲੀ ਜਦੋਂ OR ਗੇਟ ਦੇ ਵਿੱਚ ਅਸੀਂ ਇਹਨਾਂ ਨੂੰ ਕਰ ਦਿੱਤਾ, ਤਾਂ ਆ ਤੁਹਾਡੇ ਕੋਲ ਐਕਸਪ੍ਰੈਸ਼ਨ ਦਾ ਸਿਗਨਲ ਜਿਹੜਾ ਹੈਗਾ ਕ੍ਰੀਏਟ ਹੋ ਗਿਆ. ਨਾਓ ਫਰਦਰ ਅਦਰ ਸਟੈਂਡਰਡ ਗੇਟਸ ਆਰ NAND ਗੇਟ. NAND ਗੇਟ ਮੀਨਸ ਜੋ x ਇਨਟੂ y ਹੈ ਉਹਦਾ ਕੰਪਲੀਮੈਂਟ. NAND ਇਜ਼ ਅ ਕੰਬੀਨੇਸ਼ਨ ਆਫ AND ਐਂਡ NOT ਗੇਟ. ਤਾਂ AND ਤੇ NOT ਨੂੰ ਜੇ ਅਸੀਂ ਕੰਬਾਈਨ ਕਰਨਾ ਹੋਵੇ, ਜੇ x ਇਨਟੂ y ਦਾ ਡੈਸ਼ ਦਾ ਸਿਗਨਲ ਕ੍ਰੀਏਟ ਕਰਨਾ ਹੋਵੇ, ਤਾਂ ਇਹ ਸਰਕਟ ਬੰਨਾ ਹੈਗਾ ਪੂਰਾ. ਬਟ ਇਹਦਾ ਸ਼ਾਰਟਕਟ ਫਿਰ ਅਸੀਂ ਆ ਇਹਦਾ ਸਿਗਨਲ ਜਿਹੜਾ ਹੈਗਾ ਬਣਾ ਲਿਆ ਹੈਗਾ, ਦੈਟ ਗੇਟ ਡਾਇਗ੍ਰਾਮ, ਕਿ ਅਸੀਂ ਇਹ ਨੋਟ ਗੇਟ ਨੂੰ ਇਨ ਸ਼ਾਰਟ ਕਰਕੇ ਉਰੇ ਮੂਰੇ ਇਹਦੇ ਸਰਕਲ ਲਗਾਤਾ ਹੈ. ਦੇਖੋ ਐਂਡ ਗੇਟ ਦੇ ਮੂਰੇ ਸਰਕਲ ਲਗਾਤਾ, ਤਾਂ ਇਹ ਵਾਲਾ ਜਿਹੜਾ ਸਿਗਨਲ ਹੈਗਾ ਹੁਣ ਇਹ NAND ਦਾ ਸਿਗਨਲ ਬਣ ਗਿਆ. ਦਿਸ ਗੇਟ ਇਜ਼ ਨੋਨ ਐਸ NAND ਗੇਟ, ਔਰ ਇਸ ਦਾ ਆਊਟਪੁੱਟ ਹੋਏਗਾ x ਇਨਟੂ y ਦਾ ਡੈਸ਼. ਤਾਂ ਇਹ ਬਹੁਤ ਹੈਲਪਫੁਲ ਹੁੰਦਾ ਹੈ ਸਟਰਕਚਰਸ ਨੂੰ ਸਿੰਪਲੀਫਾਈ ਕਰਨ ਵਾਸਤੇ. ਕਿਤੇ ਆ ਦੋ ਗੇਟਸ ਡਾਇਗ੍ਰਾਮ ਸਾਨੂੰ ਲਗਾਣੇ ਪੈਣੇ ਸੀ, ਕਿਤੇ ਹੁਣ ਇੱਕੋ ਹੀ ਗੇਟ ਡਾਇਗ੍ਰਾਮ ਦੇ ਨਾਲ ਇਹ ਐਕਸਪ੍ਰੈਸ਼ਨ ਰਿਪਰੈਜ਼ੈਂਟ ਹੋ ਜਾਏਗਾ. ਨੈਕਸਟ ਇਜ਼ NOR ਗੇਟ. ਦਿਸ ਇਜ਼ ਅ ਕੰਬੀਨੇਸ਼ਨ ਆਫ OR ਐਂਡ NOT ਗੇਟ. ਤਾਂ ਜਿਵੇਂ OR ਗੇਟ ਦੇ ਅੱਗੇ ਜੇ ਅਸੀਂ ਕੰਪਲੀਮੈਂਟ ਲਗਾਈਏ ਮੀਨਸ x + y ਦਾ ਡੈਸ਼, ਤਾਂ ਇਸ ਨੂੰ ਵੀ ਤੁਸੀਂ ਉਸੇ ਤਰ੍ਹਾਂ
ਜਿਹੜਾ ਔਰ ਗੇਟ ਹੈ ਉਹਦੇ ਅੱਗੇ ਸਰਕਲ ਲਗਾ ਦੋ ਤਾਂ ਇਹਦਾ ਮਤਲਬ ਕੰਪਲੀਮੈਂਟ ਵੀ ਨਾਲ ਹੋ ਗਿਆ ਦਿਸ ਇਜ਼ ਕਾਲਡ ਨੋਰ ਗੇਟ ਦੈਨ ਐਕਸ ਔਰ ਗੇਟ ਦਿਸ ਇਜ਼ ਦਾ ਐਕਸਪ੍ਰੈਸ਼ਨ ਐਕਸ ਔਰ ਗੇਟ ਐਕਸ ਡੈਸ਼ ਵਾਈ ਪਲੱਸ ਐਕਸ ਵਾਈ ਡੈਸ਼ ਹੁਣ ਐਕਸ ਡੈਸ਼ ਵਾਈ ਕਿਵੇਂ ਬਣਾਓਗੇ ਇਹ ਦੋਵੇਂ ਤੁਸੀਂ ਸਮਝ ਸਕਦੇ ਹੋ ਡਾਇਗਰਾਮ ਦੇ ਵਿੱਚੋਂ ਆਹ ਵਾਲਾ ਜਿਹੜਾ ਹੈ ਇਹ ਐਕਸ ਡੈਸ਼ ਵਾਈ ਦਾ ਸਿਗਨਲ ਜਨਰੇਟ ਕਰੇਗਾ ਫਿਰ ਐਕਸ ਵਾਈ ਡੈਸ਼ ਇਹ ਵਾਈ ਦਾ ਕੰਪਲੀਮੈਂਟ ਹੋ ਗਿਆ ਤੇ ਇਹ ਉਹਦਾ ਸਿਗਨਲ ਜਨਰੇਟ ਕਰੇਗਾ ਤੇ ਇਹ ਆਪਣੇ ਕੋਲ ਵਾਈ ਬਾਰ ਬਣ ਗਿਆ ਹੁਣ ਠੀਕ ਹੈ ਵਾਈ ਡੈਸ਼ ਕਿਉਂਕਿ ਇਹ ਸੈਕਿੰਡ ਟਰਮ ਚ ਵਾਈ ਡੈਸ਼ ਹੈਗਾ ਤੇ ਐਕਸ ਦਾ ਸਿਗਨਲ ਇਹਦੇ ਕੋਲੋਂ ਆ ਲੈ ਲਿਆ ਹੈਗਾ ਆਹ ਐਕਸ ਦਾ ਸਿਗਨਲ ਇਹਦੇ ਕੋਲੋਂ ਲੈ ਲਿਆ ਹੁਣ ਇਹ ਦੋਵੇਂ ਜਾ ਕੇ ਇਨਪੁਟ ਕਰਤੇ ਇਹਦੇ ਵਿੱਚ ਤਾਂ ਇਹ ਬਣ ਗਿਆ ਆਪਣੇ ਕੋਲ ਐਕਸ ਬਾਰ ਵਾਈ ਔਰ ਇਹ ਦੋਵੇਂ ਜਾ ਕੇ ਫਿਰ ਕਿਉਂਕਿ ਪਲੱਸ ਕਰਨੇ ਸੀ ਤਾਂ ਔਰ ਗੇਟ ਦੇ ਵਿੱਚ ਇਨਪੁਟ ਕਰ ਦਿੱਤੇ ਸੋ ਐਕਸ ਡੈਸ਼ ਵਾਈ ਪਲੱਸ ਐਕਸ ਵਾਈ ਡੈਸ਼ ਇਸ ਗੇਟ ਦਾ ਆਊਟਪੁੱਟ ਹੈ ਤੇ ਇਹਦੀ ਸਿੰਪਲੀਫਿਕੇਸ਼ਨ ਇਹ ਹੈ ਇਹਦੇ ਪਿੱਛੇ ਤੁਸੀਂ ਔਰ ਗੇਟ ਦੇ ਪਿੱਛੇ ਆਹ ਚੀਜ਼ ਲਗਾਉਣੀ ਹੈ ਇੱਕ ਕਰਵ ਲਗਾ ਦੇਣਾ ਹੈਗਾ ਇਹਦੇ ਪੈਰਲਲ ਇਹਦਾ ਮਤਲਬ ਹੋਏਗਾ ਐਕਸ ਔਰ ਗੇਟ ਤੇ ਇਸ ਦੀ ਜਿਹੜੀ ਨੋਟੇਸ਼ਨ ਹੈ ਐਕਸ ਔਰ ਗੇਟ ਦੀ ਇਟ ਇਜ਼ ਵਿਲ ਬੀ ਡਿਨੋਟਡ ਬਾਈ ਦਿਸ ਪਲੱਸ ਇਹ ਜਿਹਾ ਪਲੱਸ ਸਿੰਬਲ ਸਰਕਲ ਦੇ ਵਿੱਚ ਫਿਰ ਹੈਗਾ ਐਕਸ ਨੋਰ ਗੇਟ ਹੈਗਾ ਐਕਸ ਵਾਈ ਪਲੱਸ ਐਕਸ ਡੈਸ਼ ਵਾਈ ਡੈਸ਼ ਆ ਇਹ ਰਿਪਰੈਜ਼ੈਂਟ ਕਰ ਰਿਹਾ ਐਕਸ ਵਾਈ ਨੂੰ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਸਿੰਪਲੀ ਐਕਸ ਐਂਡ ਵਾਈ ਆ ਗਿਆ ਫਿਰ ਅਗਲੀ ਟਰਮ ਹੈ ਐਕਸ ਡੈਸ਼ ਵਾਈ ਡੈਸ਼ ਸੋ ਐਕਸ ਡੈਸ਼ ਕਰਨਾ ਸੀ ਤਾਂ ਆ ਨੋਰ ਨੋਟ ਗੇਟ ਲਗਾ ਕੰਪਲੀਮੈਂਟ ਹੋ ਗਿਆ ਆ ਵਾਈ ਦਾ ਡੈਸ਼ ਹੋ ਗਿਆ ਇਹ ਦੋਵੇਂ ਇਹਦੇ ਵਿੱਚ ਇਨਪੁਟ ਹੋ ਗਏ ਇਹ ਬਣ ਗਿਆ ਹੁਣ ਐਕਸ ਡੈਸ਼ ਵਾਈ ਡੈਸ਼ ਇਹ ਦੋਵੇਂ ਜਾ ਕੇ ਪਲੱਸ ਕਰਤੇ ਔਰ ਗੇਟ ਦੇ ਵਿੱਚ ਤਾਂ ਇਹ ਆਪਣੇ ਕੋਲ ਕ੍ਰੀਏਟ ਹੋ ਗਿਆ ਤਾਂ ਅੰਨੇ ਵੱਡੇ ਸਰਕਟ ਦਾ ਜਿਹੜਾ ਸ਼ਾਰਟ ਹੈਗਾ ਉਹ ਇਹ ਹੈ ਇਸ ਤਰ੍ਹਾਂ ਕੀ ਡਿਫਰੈਂਸ ਹੈ ਇਸ 'ਚ ਆ ਕਰਵ ਵੀ ਲੱਗਿਆ ਔਰ ਇੱਥੇ ਆਹ ਕੰਪਲੀਮੈਂਟ ਦਾ ਵੀ ਲੱਗਿਆ ਪਿਛਲੇ ਵਾਲੇ ਦੇ ਵਿੱਚ ਜਿਹੜਾ ਆਪਣੇ ਕੋਲ ਐਕਸ ਔਰ ਸੀਗਾ ਉਹਦੇ ਵਿੱਚ ਆ ਮੂਰੇ ਸਰਕਲ ਨਹੀਂ ਸੀਗਾ ਉਰੇ ਇਹਦੇ ਅਗਰ ਸਰਕਲ ਲਗਾ ਦੋਗੇ ਤਾਂ ਇਹ ਐਕਸ ਨੋਰ ਗੇਟ ਬਣ ਜਾਏਗਾ So now the next question is express the following boolean function using NAND gate only. NAND gate nu hi use karna hai aur is boolean function nu express karke dikhana hai. Hun is de vich ki hai NAND gate da matlab ki hunda hai ki AND da complement. Theek hai aa cheez apa jehdi padhi si ki AND da complement. Ta ure vich hun kyunki plus aunde paye. Ta De Morgan's law assi padhya hega ki e plus nu dot de vich jekar convert karwana hega tusi ki karoge ede upar bar laga do. ਕਿਉਂਕਿ ਨੈਂਡ ਗੇਟ ਦਾ ਮਤਲਬ ਕੀ ਹੁੰਦਾ ਹੈ ਡਾਟਸ ਹੋਣੀਆਂ ਚਾਹੀਦੇ ਵਿੱਚ ਬਾਰ ਲਗਾਤਾ ਬਟ ਇਹਦੇ ਨਾਲ ਇਹ ਬੈਲੈਂਸ ਤਾਂ ਹੋਏ ਨਹੀਂ ਤਾਂ ਇਹਦਾ ਮਤਲਬ ਇੱਕ ਇੱਕ ਬਾਰ ਇਹਨਾਂ ਦੇ ਉੱਪਰ ਵੀ ਲਗਾ ਦੋ ਜਿਹੜੀਆਂ ਇਹ ਟਰਮਸ ਠੀਕ ਹੈ ਡੈਸ਼ ਇਹਨਾਂ ਦੇ ਉੱਪਰ ਵੀ ਲਗਾ ਦੋ ਤਾਂ ਕਿ ਡੈਸ਼ ਡੈਸ਼ ਦੋਵੇਂ ਇਹ ਬੈਲੈਂਸ ਹੋ ਗਏ ਔਰ ਇਹ ਵਾਲਾ ਡੈਸ਼ ਜਦੋਂ ਓਪਨ ਹੋਏਗਾ ਇਕੱਲੇ ਇਕੱਲੇ ਦੇ ਉੱਪਰ ਇਸ ਨੂੰ ਜਦ ਤੁਸੀਂ ਓਪਨ ਕਰੋਗੇ ਆਹ ਵਾਲੇ ਡੈਸ਼ ਨੂੰ ਬਾਹਰ ਵਾਲੇ ਨੂੰ ਇੱਕ ਬਾਰ ਪਹਿਲਾਂ ਹੀ ਹੈ ਇੱਕ ਡੈਸ਼ ਪਹਿਲਾਂ ਹੀ ਹੈ ਨਾ ਉੱਪਰ ਠੀਕ ਹੈ ਜਿਹੜਾ ਆਪਾਂ ਇਹ ਹੋਲ ਬਾਰ ਲਗਾਇਆ ਤੇ ਇੱਕ ਬਾਰ ਬਾਹਰ ਵਾਲਾ ਡੈਸ਼ ਆ ਗਿਆ ਠੀਕ ਹੈ ਚਾਹੇ ਦੋਵੇਂ ਬਾਰ ਪਾ ਲਓ ਚਾਹੇ ਦੋਵੇਂ ਡੈਸ਼ ਪਾ ਲਓ ਜਿਵੇਂ ਮਰਜ਼ੀ ਲਿਖ ਲਓ ਮੈਂ ਇਸਨੂੰ ਬਾਰ ਹੀ ਲਿਖ ਦਿੰਦਾ ਠੀਕ ਹੈ ਉਰੇ ਬਾਰ ਹੀ ਹੈਗਾ ਇਹਨਾਂ ਉੱਪਰ ਤੇ ਏਸੀ ਦਾ ਬਾਰ ਬਣ ਜੂਗਾ ਪਲੱਸ ਫਿਰ ਬੀ ਡੈਸ਼ ਏ ਠੀਕ ਹੈ ਇਹਦਾ ਇੱਕ ਬਾਰ ਸੀਗਾ ਇਹਦਾ ਇੱਕ ਬਾਰ ਐਵੇਂ ਬਣ ਜੂਗਾ ਤਾਂ ਇਹ ਬਾਰ ਬਾਰ ਆਪਸ ਚ ਕੈਂਸਲ ਹੋ ਜਾਣਗੇ ਤਾਂ ਹੀ ਕਰਕੇ ਇੱਕ ਬਾਰ ਹੋਲ ਪਾ ਲਓ ਇੱਕ ਬਾਰ ਇਹਨਾਂ ਟਰਮਸ ਦੇ ਉੱਪਰ ਪਾ ਦਿਓ ਤਾਂ ਇਸ ਤਰ੍ਹਾਂ ਜਿਹੜਾ ਹੈ ਇਹ ਪਲੱਸ ਨੂੰ ਅਸੀਂ ਡਾਟ ਦੇ ਵਿੱਚ ਕਨਵਰਟ ਕਰ ਸਕਦੇ ਤਾਂ ਹੁਣ ਦੇਖਿਓ ਕਿਵੇਂ ਬਣੇਗਾ ਤਾਂ ਹੀ ਕਰਕੇ ਪਹਿਲਾਂ ਜਿਹੜਾ ਏਸੀ ਹੈ ਇਹਦਾ ਡੈਸ਼ ਜਿਹੜਾ ਹੈ ਉਹ ਅਸੀਂ ਕ੍ਰੀਏਟ ਕਰ ਲਿਆ ਕਿਉਂਕਿ ਕੱਲੀ ਕੱਲੀ ਟਰਮ ਦੇ ਉੱਪਰ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਡੈਸ਼ ਪਾਣਾ ਹੈਗਾ ਠੀਕ ਹੈ ਇਨਟੂ ਐਵੇਂ ਸੀਗਾ ਨਾ ਇਸ ਐਕਸਪ੍ਰੈਸ਼ਨ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਇਹਦੇ ਉੱਪਰ ਡੈਸ਼ ਔਰ ਬੀ ਡੈਸ਼ ਡੀ ਡੈਸ਼ ਇਹਦੇ ਉੱਪਰ ਡੈਸ਼ ਤੇ ਇਹਦੇ ਹੋਲ ਦੇ ਉੱਪਰ ਡੈਸ਼ ਤਾਂ ਅਸੀਂ ਪਹਿਲਾਂ ਕੱਲੇ ਕੱਲੇ ਨੂੰ ਇਹਨੂੰ ਕ੍ਰੀਏਟ ਕਰ ਲੈਂਦੇ ਤਾਂ ਏਸੀ ਡੈਸ਼ ਅਸੀਂ ਕ੍ਰੀਏਟ ਕਰ ਲਿਆ ਫਿਰ ਬੀ ਡੈਸ਼ ਏ ਠੀਕ ਹੈ ਬੀ ਡੈਸ਼ ਏ ਕਿਵੇਂ ਕ੍ਰੀਏਟ ਕੀਤਾ ਦੇਖੋ ਬੀ ਡੈਸ਼ ਕਿਉਂਕਿ ਇਹ ਸਿਗਨਲ ਅਲੱਗ ਤੋਂ ਅਸੀਂ ਕ੍ਰੀਏਟ ਕਰਵਾ ਲਿਆ ਬੀ ਡੈਸ਼ ਤੇ ਏ ਦੇ ਵਿੱਚੋਂ ਸਿਗਨਲ ਲੈ ਲਿਆ ਤਾਂ ਬੀ ਡੈਸ਼ ਏ ਬਣ ਗਿਆ ਔਰ ਇਹਦਾ ਡੈਸ਼ ਨੈਂਡ ਦੇ ਵਿੱਚ ਆ ਗਿਆ ਫਿਰ ਤੀਸਰਾ ਕੀ ਸੀਗਾ ਬੀ ਡੈਸ਼ ਡੀ ਡੈਸ਼ ਤਾਂ ਬੀ ਡੈਸ਼ ਤੋਂ ਹੀ ਸਿਗਨਲ ਫਾਲੋ ਕਰ ਲਿਆ ਇਹ ਵਾਲਾ ਇਹ ਬੀ ਡੈਸ਼ ਦੇ ਵਿੱਚੋਂ ਹੀ ਲੈ ਲਿਆ ਔਰ ਡੀ ਡੈਸ਼ ਦਾ ਸਿਗਨਲ ਕ੍ਰੀਏਟ ਕਰਵਾ ਕੇ ਇਹਦੇ ਵਿੱਚ ਇਨਪੁਟ ਕਰ ਦਿੱਤਾ ਇਹ ਬੀ ਡੈਸ਼ ਡੀ ਡੈਸ਼ ਦਾ ਹੋਲ ਡੈਸ਼ ਬਣ ਗਿਆ ਹੁਣ ਇਹਨਾਂ ਤਿੰਨਾਂ ਦੇ ਵਿੱਚ ਵੀ ਡਾਟ ਹੈ ਔਰ ਤਿੰਨਾਂ ਦੇ ਵਿੱਚ ਡਾਟ ਤੇ ਹੋਲ ਉੱਪਰ ਡੈਸ਼ ਹੈ ਤਾਂ ਇਹਨਾਂ ਤਿੰਨਾਂ ਨੂੰ ਅਸੀਂ ਨੈਂਡ ਗੇਟ 'ਚ ਇਨਪੁਟ ਫਿਰ ਕਰ ਦਿੰਦੇ ਹਾਂ ਤਾਂ ਇਹ ਐਕਸਪ੍ਰੈਸ਼ਨ ਸਾਡੇ ਕੋਲ ਫਾਈਨਲੀ ਸੈਟਲ ਹੋ ਜਾਏਗਾ ਸੋ ਇਨ ਦਿਸ ਵੇ ਨੈਂਡ ਗੇਟ ਨੂੰ ਕੱਲੇ ਨੂੰ ਯੂਜ਼ ਕਰਕੇ ਇਹ ਬੂਲੀਅਨ ਐਕਸਪ੍ਰੈਸ਼ਨ ਅਸੀਂ ਕ੍ਰੀਏਟ ਕਰ ਲਿਆ